ਲੁਧਿਆਣਾ ਦੇ ਵਿੱਚ ਅੱਜ ਕਾਂਗਰਸ ਦੇ ਵਰਕਰਾਂ ਦੀ ਮੀਟਿੰਗ ਹੋਈ, ਖਾਸ ਕਰਕੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੰਡਲ ਪ੍ਰਧਾਨਾਂ ਦੇ ਨਾਲ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ। ਇਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਲੈ ਕੇ ਸਾਡੀ ਬੈਠਕ ਹੈ ਅਤੇ ਜ਼ਮੀਨੀ ਪੱਧਰ 'ਤੇ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਨੇ ਜਾਂ ਵਰਕਰਾਂ ਨੂੰ ਕੀ ਸਮੱਸਿਆਵਾਂ ਨੇ, ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਹੋਏ ਹੰਗਾਮੇ ਨੂੰ ਲੈ ਕੇ ਉਹਨਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਸੀ। ਉਹਨਾਂ ਕਿਹਾ ਕਿ ਜੇਕਰ ਕੋਈ 500 ਵਰਕਰਾਂ ਦੇ ਵਿੱਚੋਂ ਉੱਠ ਕੇ ਕੋਈ ਆਪਣੀ ਗੱਲ ਕਰਨਾ ਚਾਹੁੰਦਾ ਹੈ ਤਾਂ ਵਿਰੋਧ ਨਹੀਂ ਕਿਹਾ ਜਾ ਸਕਦਾ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਸੋ ਅੱਜ ਦਾ ਜਿਹੜੀ ਇਹ ਮੀਟਿੰਗ ਹੈ, ਲੋਕ ਸਭਾ ਦੇ ਮੱਦੇਨਜ਼ਰ ਇਹ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ। ਲੋਕ ਸਭਾ ਦੀਆਂ ਐਕਸਟੈਂਡਡ ਮੀਟਿੰਗਸ ਨੇ, ਇਹਦੇ ਵਿੱਚ ਅਸੀਂ ਸਾਡੇ ਬਲੋਕ ਪ੍ਰੈਜ਼ੀਡੈਂਟਸ, ਬਲੋਕ ਕਮੇਟੀਜ਼ ਅਤੇ ਮੰਡਲ, ਸਾਡਾ ਨਵਾਂ ਇੱਕ ਯੂਨਿਟ ਤਿਆਰ ਹੋਇਆ, ਮੰਡਲ ਪ੍ਰਧਾਨਾਂ ਨੂੰ ਬੁਲਾਇਆ ਜਾਂਦਾ ਔਰ DCC ਡਿਸਟ੍ਰਿਕਟ ਕਮੇਟੀ, ਦੋ ਤਿੰਨ ਇਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਪੈ ਜਾਂਦੇ ਨੇ। ਸੋ ਇਸ ਕਰਕੇ ਅੱਜ ਉਹ ਤਮਾਮ ਅਹੁਦੇਦਾਰ ਸਾਹਿਬਾਨਾਂ ਦੀ ਜਿਹੜੀ ਐਕਸਟੈਂਡਡ ਮੀਟਿੰਗ ਲੋਕ ਸਭਾ, ਉਹਦੇ ਨਾਲ ਇੱਕ ਖੁੱਲ੍ਹੀ ਚਰਚਾ। ਦਵਿੰਦਰ ਯਾਦਵ ਜੀ, ਇਹ ਪਹਿਲਾ ਪ੍ਰੋਗਰਾਮ ਹੈ, ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਜਿਹੜੇ ਪ੍ਰਭਾਰੀ ਹੈ ਉਹ ਹਰ ਵਿਅਕਤੀ ਨਾਲ ਆਪਣੀ ਖੁੱਲ੍ਹ ਕੇ ਗੱਲ ਕਰਦੇ ਨੇ। ਸੋ ਲੋਕ ਆਪਣੇ ਆਪਣੇ ਵਿਚਾਰ ਰੱਖਦੇ ਨੇ, ਸਾਨੂੰ ਕੁਝ ਜੇ ਕੋਈ ਕਮੀਆਂ ਹੁੰਦੀਆਂ ਸਾਡੇ 'ਚ ਉਹਨੂੰ ਠੀਕ ਕਰਨ ਵਾਸਤੇ ਕਹਿੰਦੇ ਨੇ। ਔਰਗਨਾਈਜੇਸ਼ਨ ਸਟਰਕਚਰ ਦੇ ਵਿੱਚ ਕਿਤੇ ਕਿੰਤੂ ਪਰੰਤੂ ਹੈ, ਉਹਦੇ 'ਤੇ ਟਿੱਪਾ ਟਿੱਪਣੀ ਕੀਤੀ ਜਾਂਦੀ ਹੈ। ਜਾਣੀ ਕਿ ਡੈਮੋਕ੍ਰੇਸੀ ਤਾਂ ਪਾਰਟੀ 'ਚ ਹੈ ਹੀ ਹੈ, ਲੇਕਿਨ ਆਮ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ, ਜਿਹੜੇ ਕਿ ਵਰਕਰ ਨੇ ਪਹਿਲੀ ਥੱਲੜੀ ਕਤਾਰ ਦੇ, ਕਿ ਤੁਸੀਂ ਅਗਰ ਲੱਗਦਾ ਤੁਹਾਨੂੰ ਕਿਤੇ ਕੁਝ ਠੀਕ ਕਰਨ ਦੀ ਜ਼ਰੂਰਤ ਹੈ ਸਿਸਟਮ 'ਚ, ਤਾਂ ਉਹ ਸਾਨੂੰ ਦੱਸੋ, ਸੋ ਦੈਟ ਅਸੀਂ ਉਹਨੂੰ ਠੀਕ ਕਰੀਏ। ਚੰਡੀਗੜ੍ਹ ਦੇ ਵਿੱਚ ਜਿਹੜਾ ਗੱਠਜੋੜ ਦਾ ਇਲੈਕਸ਼ਨ ਹੋ ਰਿਹਾ, ਉਹਦੇ ਬਾਰੇ ਚੋਣ ਹੋ ਰਹੀ ਹੈ ਜਿਹੜੀ ਮੇਅਰ ਦੀ, ਅਤੇ ਪੰਜਾਬ ਦੇ ਵਿੱਚ ਕਿਹੋ ਜਿਹੀ ਤਸਵੀਰ ਸਮਝਦੇ ਹੋ? ਕਿਉਂਕਿ ਇਹ ਤਾਂ ਮੈਂ ਵਾਰ ਵਾਰ ਇੱਕ ਹੀ ਗੱਲ ਬਹੁਤ ਵਾਰ ਇਹਦੇ 'ਤੇ ਚਰਚਾ, ਔਰ ਚੰਡੀਗੜ੍ਹ 'ਚ ਕੀ ਹੋ ਰਿਹਾ ਜਾਂ ਕਿਤੇ ਹੋਰ ਦੇਸ਼ 'ਚ ਕੀ ਹੋ ਰਿਹਾ ਹੈ, ਮੈਨੂੰ ਕੋਈ ਜ਼ਿਆਦਾ ਮੈਂ ਤਵੱਜੋ ਘੱਟ ਦਿੰਦਾ, ਮੈਂ ਕੇਵਲ ਪੰਜਾਬ 'ਤੇ, ਬਿਕੋਜ਼ ਪੰਜਾਬ ਦਾ ਮੇਰੇ ਕੋਲ ਕੰਮ ਹੈ, ਆਈ ਕੈਨ ਟਾਕ ਅਬਾਊਟ ਪੰਜਾਬ, ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਹੈ ਤਾਂ ਆਪਾਂ ਕਰ ਸਕਦੇ ਹਾਂ। ਸੋ ਮੈਨੂੰ ਲੱਗਦਾ ਕਿ ਇੱਥੇ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਦੀ ਤਿਆਰੀ ਲੈ ਕੇ ਜਿਹੜੀ ਚੱਲ ਰਹੀ ਹੈ। ਕੱਲ੍ਹ ਅਸੀਂ ਅੰਮ੍ਰਿਤਸਰ ਸਾਹਿਬ ਹੋ ਕੇ ਆਏ ਹਾਂ, ਹੁਣ ਅੱਜ ਅਸੀਂ ਲੁਧਿਆਣਾ ਆਏ ਹਾਂ, ਯਾਨੀ ਕਿ ਟੋਟਲ ਅਸੀਂ 8 ਲੋਕ ਸਭਾ ਦੀਆਂ ਮੀਟਿੰਗਸ ਇਸੇ ਤਰ੍ਹਾਂ ਐਕਸਟੈਂਡਡ ਕਰ ਚੁੱਕੇ ਹਾਂ। ਰੈਸਟ ਆਫ ਦਾ ਮੀਟਿੰਗਸ, ਕਿਉਂਕਿ 11 ਤਰੀਕ ਨੂੰ ਸਮਰਾਲਾ ਵਿਖੇ ਖਰਗੇ ਸਾਹਿਬ ਇੱਕ ਕਨਵੈਨਸ਼ਨ ਕਰ ਰਹੇ ਹੈ ਵਰਕਰ ਸਾਥੀਆਂ ਦੇ ਨਾਲ, ਅਹੁਦੇਦਾਰਾਂ ਨਾਲ, ਉਸ ਤੋਂ ਬਾਅਦ ਜਾਂ ਉਸ ਤੋਂ ਇਨ ਬਿਟਵੀਨ ਅਸੀਂ ਕਰਾਂਗੇ। ਅੱਛਾ ਵੜਿੰਗ ਸਾਹਿਬ, ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਾਇਬ ਹੈ ਕਿਧਰੇ, ਹੈ ਨਾ, ਕਿਵੇਂ ਦੇਖਦੇ ਹੋ ਤੁਸੀਂ ਕਾਂਗਰਸ? ਕਿਉਂਕਿ ਉਹ ਵੀ ਤਾਂ ਵਰਕਰ ਹੀ ਰਹੇ ਕਾਂਗਰਸ ਦੇ। ਸੋ ਮੇਰੀ ਬੇਨਤੀ ਹੈ, ਜਾਣ ਬੁੱਝ ਕੇ ਕਈ ਵਾਰੀ ਤੁਸੀਂ ਐਸਾ ਸਵਾਲ ਕਰ ਦਿੰਦੇ ਹੋ, ਨਵਜੋਤ ਸਿੰਘ ਸਿੱਧੂ ਗਾਇਬ ਕਿਉਂ ਹੈ ਜਾਂ ਨਹੀਂ ਹੈ? ਕਿਉਂਕਿ ਬਹੁਤ ਸਾਰੇ ਪਾਰਟੀ ਦੇ ਲੀਡਰ ਨੇ, ਜ਼ਰੂਰੀ ਨਹੀਂ ਹੈ ਕਿ ਹਰ ਵਿਅਕਤੀ ਦਾ ਤਸਵੀਰ 'ਚ ਆਉਣਾ ਕੋਈ ਜ਼ਰੂਰੀ ਹੁੰਦਾ ਹੈ। ਇਹ ਅਕਾਲੀ ਦਲ 'ਚ ਰਿਵਾਜ ਹੈਗਾ, ਕਿਉਂਕਿ ਇੱਕ ਪਰਿਵਾਰ ਦੀ ਪਾਰਟੀ ਹੈ ਕਿ ਬਾਪੂ ਦੀ ਫੋਟੋ ਵੀ ਲੱਗੇਗੀ, ਫਿਰ ਮੁੰਡੇ ਦੀ ਵੀ ਲੱਗੇਗੀ, ਫਿਰ ਸਾਲੇ ਦੀ ਵੀ ਲੱਗੇਗੀ, ਫਿਰ ਬੀਬਾ ਜੀ ਦੀ ਵੀ ਲੱਗੇਗੀ। ਸਾਡੀ ਪਾਰਟੀ ਦੇ ਵਿੱਚ ਅਹੁਦੇਦਾਰ ਦੇ ਮੁਤਾਬਕ ਹੀ ਫੋਟੋਆਂ ਲੱਗਦੀਆਂ ਨੇ। ਬਹੁਤ ਸਾਰੇ ਸਾਡੇ ਸੀਨੀਅਰ ਲੀਡਰ ਸਾਹਿਬਾਨ ਨੇ, ਉਹ ਹੁੰਦੇ ਨੇ, ਉਹ ਐਕਸ ਹੋ ਜਾਂਦੇ ਨੇ, ਕੱਲ੍ਹ ਨੂੰ ਰਾਜਾ ਵੜਿੰਗ ਵੀ ਐਕਸ ਹੋ ਸਕਦਾ ਹੈ। ਸੋ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਮੈਂ ਐਕਸ ਹੋ ਜਾਂ ਤਾਂ ਫਿਰ ਮੇਰੀ ਫੋਟੋ ਉਹਦੇ ਵਿੱਚ ਲਾਈ ਜਾਏਗੀ। ਇਹ ਸਿਸਟਮ ਹੈ ਇੱਕ ਪਾਰਟੀ ਦਾ, ਇਹ ਪਾਰਟੀ ਲਾਈਨ। ਹਾਂ, ਅੰਮ੍ਰਿਤਸਰ ਦੇ ਵਿੱਚ ਵਿਰੋਧ ਹੋਇਆ ਨਾ,
ਸੋ ਮੈਂ ਉਹ ਵੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਸੀਂ ਉੱਥੇ ਬੈਠੇ ਸੀ, ਸਾਨੂੰ ਕਿਸੇ ਪ੍ਰਕਾਰ ਦਾ ਵਿਰੋਧ ਲੱਗਿਆ ਨਹੀਂ ਆ। ਦੈਟ ਇਜ਼ ਅ ਕ੍ਰੀਏਸ਼ਨ ਆਪਣੀ ਆਪ ਹੀ। ਕੋਈ ਬੰਦਾ ਹੁਣ ਮੁੰਡਾ ਉੱਠ ਕੇ ਕਦੀ ਸਵਾਲ, ਇੱਥੇ ਹੁਣ 300 ਬੰਦੇ ਜਾਂ 500 ਬੰਦੇ ਦੇ ਵਰਕਰ ਸਾਥੀਆਂ 'ਚੋਂ ਕੋਈ ਨਾ ਕੋਈ ਉੱਠ ਕੇ ਗੱਲ ਕਹਿ ਸਕਦਾ ਖੜਾ ਹੋ ਕੇ ਸਾਨੂੰ ਕਿ ਜੀ ਅਸੀਂ ਚਾਹੁੰਦੇ ਹਾਂ ਸਾਡੀ ਫਲਾਂ ਬੰਦਾ ਸਾਡਾ ਹੋਣਾ ਚਾਹੀਦਾ ਇੱਛਾ ਦੇ ਮੁਤਾਬਕ। ਉਹ ਕੋਈ ਵਿਰੋਧ ਨਹੀਂ ਹੈ, ਉਹ ਇੰਟਰਨਲ ਡੈਮੋਕ੍ਰੇਸੀ ਹੈ ਔਰ ਆਪਣੀ ਗੱਲ ਰੱਖੀ ਗਈ। ਥੈਂਕ ਯੂ ਜੀ। ਵਿਰਕ ਸਾਹਿਬ ਨਵੇਂ ਚਿਹਰੇ ਵੀ ਵੇਖ ਸਕਦੇ ਨੇ ਲੋਕ ਸਭਾ ਦੇ ਵਿੱਚ ਕਿ ਪੁਰਾਣੇ ਜਿਹੜੇ ਚਿਹਰੇ ਨੇ ਉਹਨਾਂ ਨੂੰ ਟਿਕਟਾਂ ਮਿਲਣ। ਹੋਰ ਜੀ ਇਹ ਜਿਹੜਾ ਨਵਾਂ ਜਾਂ ਪੁਰਾਣਾ ਚਿਹਰਾ ਇਹ ਕਾਂਗਰਸ ਹਾਈਕਮਾਂਡ 'ਤੇ ਡਿਪੈਂਡ ਕਰਦਾ। ਸਾਡਾ ਜਿਹੜਾ ਗਰਾਊਂਡ ਜ਼ੀਰੋ ਤੋਂ ਉਹਨਾਂ ਨੂੰ ਜਾ ਕੇ ਦੱਸਣਾ ਫੈਸਲਾ, ਅੰਤਿਮ ਜਿਹੜੇ ਫੈਸਲੇ ਲੈਣੇ ਨੇ ਉਹ ਖਰਗੇ ਸਾਹਿਬ ਨੇ ਅਤੇ ਰਾਹੁਲ ਗਾਂਧੀ ਜੀ ਨੇ। ਸਰ ਕਾਂਗਰਸ ਦੇ ਕਾਰਜਕਰਤਾਓਂ ਤੱਕ ਪਹੁੰਚ ਸਕੇ, ਉਨ੍ਹਾਂ ਬਾਤ ਕਰ ਸਕੇ, ਉਨ੍ਹਾਂ ਦੀ ਪੀੜਾ ਸਮਝ ਸਕੇ, ਕਿਸ ਤਰੀਕੇ ਕਾਂਗਰਸ ਹਮ ਚਾਹਤੇ ਹੈ ਭੋਜਨ ਦੇ ਸਕੇ। ਔਰ ਹਮਾਰਾ ਸੰਗਠਨ ਹੈ ਉਸਕੀ ਮਜ਼ਬੂਤੀ ਕੇ ਲਈ ਹਮ ਕਿਆ ਕਰ ਸਕਤੇ ਹੈ, ਆਉਣ ਵਾਲੇ ਸਮੇਂ ਮੇਂ ਹਮੇਂ ਕਿਆ ਕੁਛ ਕਰਨਾ ਹੈ। ਇਹ ਹਮਾਰੀ ਕੋਸ਼ਿਸ਼ ਹੈ ਕਿ ਹਮਾਰੇ ਕਾਰਜਕਰਤਾ ਆਪਣੇ ਸਵੈਮ ਸੇ ਬਾਤ ਰੱਖੇ, ਹਮ ਤੱਕ ਪਹੁੰਚਾਏ, ਤਾਂ ਕਿ ਹਮ ਆਉਣ ਵਾਲੇ ਸਮੇਂ ਚੁਣੌਤੀਆਂ ਹੈ ਉਹ ਮਜ਼ਬੂਤੀ ਕੇ ਸਾਥ ਉਸਕਾ ਸਾਹਮਣਾ ਕਰ ਸਕੇ ਔਰ ਆਉਣ ਵਾਲੇ ਚੁਣਾਵ ਮਜ਼ਬੂਤੀ ਕੇ ਸਾਥ ਪਹੁੰਚੇ। ਯਾਦਵ ਸਾਹਿਬ ਕੈਸੇ ਦੇਖਦੇ ਚੰਡੀਗੜ੍ਹ ਮੇਂ ਮੇਅਰ ਜੋੜ ਚੁੱਕੇ ਜਾਂ ਗਠਜੋੜ ਆਮ ਆਦਮੀ ਪਾਰਟੀ ਕਾਂਗਰਸ ਪੰਜਾਬ ਮੇਂ ਆਪ ਕੈਸੇ ਦੇਖਦੇ ਕਿ ਆਉਣ ਵਾਲੇ ਜੋ ਲੋਕ ਸਭਾ ਕੇ ਇਲੈਕਸ਼ਨ ਹੈ। ਦੇਖੀਏ ਚੰਡੀਗੜ੍ਹ ਕੋ ਪੰਜਾਬ ਸੇ ਜੋ ਯੇ ਅਲਾਇੰਸ ਹੁਆ ਹੈ ਉਸਕੋ ਹਮ ਪੰਜਾਬ ਸੇ ਜੋੜ ਕੇ ਨਹੀਂ ਦੇਖ ਸਕਤੇ। ਵਿਸ਼ੇਸ਼ ਰੂਪ ਸੇ ਇਸ ਲਈ ਮੈਂ ਕਹਿਣਾ ਚਾਹ ਰਹਾ ਹੂੰ ਕਿ ਮੈਂ ਪਿਛਲੇ ਸਮੇਂ ਸੇ ਯੇ ਵੀ ਇੱਕ ਹਮਾਰਾ ਮੁੱਦਾ ਰਹਾ ਹੈ ਕਿ ਅਲਾਇੰਸ ਕੇ ਬਾਰੇ ਮੇਂ ਹਮਾਰੇ ਕਾਰਜਕਰਤਾ ਕਿਆ ਸੋਚਤੇ ਹੈ ਔਰ ਉਨਕੀ ਭਾਵਨਾਏ ਜੋ ਹੈ ਉਹ ਬਹੁਤ ਸਪਸ਼ਟ ਰੂਪ ਸੇ ਹਮਾਰੇ ਸਾਹਮਣੇ ਆ ਰਹੀ। ਮੈਂ ਲੀਡਰਸ਼ਿਪ ਕੋ ਅਵਗਤ ਕਰਾਇਆ ਹੈ, ਬਹੁਤ ਜਲਦੀ ਉਸਕੇ ਉੱਪਰ ਫਾਰਮਲ ਜੋ ਵੀ ਇੱਕ ਡਿਸੀਜਨ ਹੋਗਾ ਹਮ ਤੱਕ ਆ ਪਹੁੰਚਾ। ਕਾਂਗਰਸ ਦਾ ਕਹਿੰਦੇ ਫਿਰ ਲੋਕ ਸਭਾ ਦੇ ਚੁਣਾਵ ਲੜੇ, ਹਮ ਤਿਆਰ ਹੈ, 13 ਕੀ 13 ਸੀਟਾਂ ਹਮ ਬਿਲਕੁਲ ਤਿਆਰ ਹੈ। ਲੇਕਿਨ ਸਾਥ ਕੇ ਸਾਥ ਮੈਨੇ ਕਿਹਾ ਕਿ ਜੋ ਲੋਕੋ ਕੀ ਭਾਵਨਾਏ ਹੈ, ਜੋ ਪਾਰਟੀ ਕੀ ਆਦੇਸ਼ ਹੋਗਾ ਹਮ ਉਸੀ ਕੇ ਅਨੁਸਾਰ। ਹਮ ਡੈਮੋਕ੍ਰੇਸੀ ਹਮਾਰੇ ਆਪਣਾ ਆਪਣਾ ਵਿਊ ਹਮ ਸਭ ਰੱਖ ਸਕਤੇ ਹੈ ਔਰ ਜਬ ਕਾਰਜਕਰਤਾ ਆਪਣੇ ਘਰ ਮੇਂ ਬੈਠਤੇ ਹੈ ਤੋ ਮਨ ਕੀ ਔਰ ਦਿਲ ਕੀ ਬੜਾਸ ਨਹੀਂ ਨਿਕਾਲੇਂਗੇ ਤੋ ਕਹਾਂ ਨਿਕਾਲੇਂਗੇ। ਨਹੀਂ ਕੋਈ ਵਿਰੋਧ ਨਹੀਂ ਹੈ, ਜੈਸੇ ਮੈਨੇ ਕਿਹਾ ਡੈਮੋਕ੍ਰੇਟਿਕਲੀ ਸਭ ਆਪਣੀ ਆਪਣੀ ਬਾਤ ਰੱਖਤੇ ਹੈ। ਉਸਕੇ ਬਾਅਦ ਵੀ 3 ਘੰਟੇ ਹਮਾਰੀ ਮੀਟਿੰਗ ਚਲੇ, ਸਭ ਨੇ ਆਪਣੀ ਆਪਣੀ ਬਾਤ ਰੱਖੀ ਹੈ ਤੋ ਮਜ਼ਬੂਤੀ ਕੇ ਸਾਥ ਹਮ ਇੱਕਜੁੱਟ ਹੋ ਕੇ ਕਾਮ ਕਰੇਂਗੇ।